ਆ ਜਿਹੜਾ ਬੱਚਾ ਪਾਰਟੀ ਆ ਜੀ ਬੱਚਾ ਪਾਰਟੀ ਨਹੀਂ ਹੈਗਾ ਚੋਰ ਪਾਰਟੀ ਕਹਿ ਸਕਦੇ ਆ ਕਿਉਂਕਿ ਇਹ ਸਾਈਕਲ ਜੇ ਲੈ ਕੇ ਅਲੱਗ-ਅਲੱਗ 14 ਸਟੋਰਾਂ ਤੇ ਗਏ ਤੇ ਚੋਰੀਆਂ ਚਾਰੀਆਂ ਕੀਤੀਆਂ ਤੇ ਚੋਰੀਆਂ ਚਾਰੀਆਂ ਕਰਕੇ ਭਾਈ ਘਰੇ ਜਾਵੜੇ ਤੇ ਕਰੇ ਮਾਂ ਪੇ ਉਹਨੂੰ ਪਤਾ ਲੱਗਿਆ ਵੀ ਇਹ ਤਾਂ ਕੰਮ ਹੀ ਬੜੇ ਤਕੜੇ ਕਰਦੇ ਆ ਫਿਰ ਆਪ ਫੜ ਕੇ ਦੋਨ ਲਾਗੇ ਚਪੜੇ ਇਹਨਾਂ ਦੇ ਤੇ ਪੁਲਿਸ ਨਾਲ ਕੋਲੇ ਲੈ ਕੇ ਗਏ ਤੇ ਫਿਰ ਕਿਹਾ ਵੀ ਸੰਭਾਲੋ ਇਹਨਾਂ ਨੂੰ ਹਾਂਜੀ ਬ੍ਰਾਦਰ ਸਾਹਿਬ ਇਸ ਖਬਰ ਤੋਂ ਆਪਾਂ ਨੂੰ ਇੱਕ ਸਿੱਖਿਆ ਵੀ ਮਿਲਦੀ ਆ ਕਿ ਜੇ ਕਿਤੇ ਜਵਾਕ ਖਰਾਬੀ ਕਰਦੇ ਆ ਨਾ ਪਰ ਦੇ ਨਾ ਪਾਓ ਟਾਈਮ ਨਾਲ ਜਿੰਨੀ ਛੇਤੀ ਹੋ ਸਕੇ ਉਨੀ ਛੇਤੀ ਚੂੜੀ ਕੱਸ ਦੇਣੀ ਚਾਹੀਦੀ ਹੈ ਪੇਰੈਂਟਸ ਨੇ 711 ਸਟੋਰ ਤੇ ਹੋਈਆਂ ਚੋਰੀਆਂ ਦੀ ਫੂਟੇਜ ਤੋਂ ਆਪਣੇ ਬੱਚੇ ਪਛਾਣਨੇ ਤੇ ਕੀਤੇ ਪੁਲਸ ਦੇ ਹਵਾਲੇ ਇਹ ਆਪਾਂ ਕਹਿ ਸਕਦੇ ਅੱਜ ਦੀ ਖਬਰ ਹੈ ਜਿੱਤੇ ਆਪਾਂ ਸਾਂਝ ਪਾਉਣ ਲੱਗੇ ਆ ਲਾਸ ਐਂਜਲਸ ਦੀਆਂ ਮਲਟੀਪਲ 711 ਦੀਆਂ ਲੋਕੇਸ਼ਨਸ ਤੇ ਫਲੈਸ਼ ਮੌਬ ਸਟਾਈਲ ਰੋਬਰੀਜ਼ ਹੋਈਆਂ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਚੋਰੀਆਂ ਹੋਈਆਂ ਨਾ ਸਿਰਫ ਚੋਰੀਆਂ ਹੋਈਆਂ ਬਰਾੜ ਸਾਹਿਬ ਇਹਦੇ ਵਿੱਚ ਪੰਨਾ ਤੋੜੀ ਦੀਆਂ ਘਟਨਾਵਾਂ ਵੀ ਸ਼ਾਮਿਲ ਸੀਗੀਆਂ ਇਹ ਚੋਰੀਆਂ ਜੁਲਾਈ 12 ਤੋਂ ਲੈ ਕੇ ਸਤੰਬਰ 20 ਤੱਕ ਹੋਈਆਂ ਲਾਸ ਐਂਜਲਸ ਦੇ 711 ਦੇ ਵੱਖ-ਵੱਖ 10 ਸਟੋਰਾਂ ਤੇ ਕੁੱਲ 14 ਵਾਰ ਸੈਪਰੇਟ ਚੋਰੀਆਂ ਹੋਈਆਂ ਜੀ ਡਕੈਤੀਆਂ ਕਹਿ ਸਕਦੇ ਆ ਐਲ اے ਪੀ ਡੀ ਰੈਂਪਾਰਟ ਹਾਲੀਵੁੱਡ ਵਿਲਸ਼ਾਇਰ ਵੈਸਟ ਐਲੀ ਡਿਵੀਜ਼ਨਸ ਦੇ ਵਿੱਚ ਇਹ ਚੋਰੀਆਂ ਹੋਈਆਂ ਹਰੇਕ ਇਨਸੀਡੈਂਟ ਦੇ ਵਿੱਚ ਇਹ ਚੋਰਾਂ ਦਾ ਜਿਹੜਾ ਕ੍ਰਿਊ ਸੀਗਾ ਜਿਹੜੇ ਗੈਂਗ ਮੈਂਬਰ ਸੀਗੇ ਇਹ ਬਾਈਸਾਈਕਲਸ ਦੇ ਉੱਤੇ ਆਪਣੇ ਸਾਈਕਲਾਂ ਦੇ ਉੱਤੇ ਇੱਥੇ ਪਹੁੰਚਦੇ ਸੀਗੇ ਇਵਨਿੰਗ ਆਰਜ਼ ਹੀ ਇਹ ਚੂਸ ਕਰਦੇ ਸੀਗੇ ਚੋਰੀਆਂ ਕਰਨ ਦੇ ਲਈ ਪ੍ਰਾਪਰਟੀ ਡੈਮੇਜ ਕਰਦੇ ਸੀਗੇ ਚੀਜ਼ਾਂ ਚੋਰੀ ਕਰਦੇ ਸੀ ਬਿਨਾ ਪੇ ਕੀਤੇ ਕਿਸੇ ਵੀ ਚੀਜ਼ ਦੀ ਪੇਮੈਂਟ ਕੀਤੇ ਬਿਨਾ ਆਪਣੇ ਬੈਗ ਭਰ-ਭਰ ਕੇ ਰਫੂ ਚੱਕਰ ਹੋ ਜਾਂਦੇ ਸੀਗੇ ਪੁਲਿਸ ਦੇ ਮੁਤਾਬਕ ਇਹਨਾਂ ਡਕੈਤਾਂ ਦੀ ਉਮਰ 20 25 30 ਸਾਲ ਦੱਸੀ ਜਾਂਦੀ ਸੀਗੀ ਉਹ ਕਹਿੰਦੇ ਕਿ ਪਰ ਸਾਨੂੰ ਇਦਾਂ ਲੱਗਦਾ ਕਿ ਇਹ ਹੁਲਿਆ ਆਪਣਾ ਛੋਟੇ ਬੱਚਿਆਂ ਵਰਗਾ ਬਣਾ ਕੇ ਆਉਂਦੇ ਪੁਲਿਸ ਕੋਲੇ ਪ੍ਰਾਪਰ ਇਨਫੋਰਮੇਸ਼ਨ ਨਹੀਂ ਸੀਗੀ ਜਿਹੜੇ ਵਿਟਨੈਸਸ ਮੌਕੇ ਤੇ ਮੌਜੂਦ ਸੀਗੇ ਉਹ ਕਹਿੰਦੇ ਕਿ ਇਹ ਜਿਹੜੇ ਸਸਪੈਕਟ ਆਉਂਦੇ ਆ ਇਹ ਜਿਹੜੇ ਕਸਟਮਰ ਖੜੇ ਹੁੰਦੇ ਆ ਉਹਨਾਂ ਨੂੰ ਵੀ ਪੁਸ਼ ਕਰਦੇ ਆ ਤਾਂ ਕੰਮ ਕੀ ਉਹਨਾਂ ਨਾਲ ਵੀ ਕਰਦੇ ਆ ਹਾਲਾਂਕਿ ਕਿਸੇ ਵੀ ਚੋਰੀ ਦੇ ਵਿੱਚ ਕੋਈ ਇੰਜਰੀ ਰਿਪੋਰਟ ਨਹੀਂ ਕੀਤੀ ਗਈ ਇਥੋਂ ਤੱਕ ਤਾਂ ਬਰਾੜ ਸਾਹਿਬ ਇਹ ਗੱਲਬਾਤ ਇਵੇਂ ਸੀਗਾ ਇਹਨਾਂ ਦਾ ਮੋਡ ਆਫ ਆਪਰੇਸ਼ਨ ਉਸ ਤੋਂ ਬਾਅਦ ਕੀ ਹੈ ਕਿ ਪੁਲਿਸ ਲਗਾਤਾਰ ਇਨਵੈਸਟੀਗੇਸ਼ਨਸ ਕਰ ਰਹੀ ਸੀ 26 ਸਤੰਬਰ ਨੂੰ ਇਨਵੈਸਟੀਗੇਟਰਸ ਨੇ ਨਿਊਜ਼ ਰਿਲੀਜ਼ ਕੀਤੀ ਨਾਲ ਦੀ ਨਾਲ ਜਿਹੜੀਆਂ ਫੂਟੇਜ ਸੀਗੀਆਂ ਉਹ ਮੀਡੀਆ ਦੇ ਹਵਾਲੇ ਕਰ ਦਿੱਤੀਆਂ ਤਾਂ ਕਿ ਉਹਨਾਂ ਨੂੰ ਕੋਈ ਟਿਪ ਮਿਲ ਸਕੇ ਪੁਲਿਸ ਨੇ ਇਹ ਵੀ ਕਿਹਾ 26 ਸਤੰਬਰ ਦੀ ਰਿਲੀਜ਼ ਦੇ ਵਿੱਚ ਕਿ ਸਾਡੇ ਕੋਲੇ ਕੜੀਆਂ ਜੁੜਨ ਲੱਗ ਪਈਆਂ ਨੇ ਸਭ ਤੋਂ ਪਹਿਲੀ ਗੱਲ ਤੇ ਦੱਸਦੀ ਕਿ ਇਹ ਜਿਹੜੀਆਂ ਟੋਟਲ 14 ਚੋਰੀਆਂ ਹੋਈਆਂ ਇਹਨਾਂ 14 ਦੇ ਵਿੱਚੋਂ 13 ਚੋਰੀਆਂ ਫਰਾਈਡੇ ਵਾਲੇ ਦੇਣੀ ਹੋਈਆਂ ਐਲ.ਏ. ਬੋਰਡ ਆਫ ਪੁਲਿਸ ਕਮਿਸ਼ਨਰਸ ਦੀ ਇੱਕ ਮੀਟਿੰਗ ਦੇ ਵਿੱਚ ਇਹ ਦੱਸਿਆ ਗਿਆ ਕਿ ਜਿਹੜੀ মিডিਆ ਨੂੰ ਸਰਵੇਲੈਂਸ ਫੂਟੇਜ ਦਿੱਤੀ ਸੀ ਉਸ ਤੋਂ ਤੁਰੰਤ ਬਾਅਦ ਉਹਨਾਂ ਨੂੰ ਟਿਪਸ ਮਿਲਣ ਲੱਗੀਆਂ ਨਾਰਥ-ਵੈਸਟ ਏਰੀਆ ਦੇ ਪੇਰੈਂਟਸ ਨੇ ਸਭ ਤੋਂ ਪਹਿਲਾਂ ਇੱਕ ਬੱਚਾ ਲਿਆ ਕੇ ਪੁਲਿਸ ਦੇ ਹਵਾਲੇ ਕੀਤਾ ਪੁਲਿਸ ਦੀ ਔਰਗੇਨਾਈਜ਼ਡ ਰਿਟੇਲ ਕ੍ਰਾਈਮ ਟਾਸਕ ਫੋਰਸ ਦੇ ਕੋਲੋਂ ਆਪਣੇ ਬੱਚੇ ਨੂੰ ਲੈ ਕੇ ਆਏ ਕਿ ਅਬ ਅੱਛਾ ਸਾਡਾ ਇਹ ਅਸੀਂ ਉਸ ਫੂਟੇਜ ਫੂਟੇਜ ਦੇ ਵਿੱਚ ਪਛਾਣਿਆ ਤੇ ਜਿਹੜੀ ਕਾਰਵਾਈ ਕਰਨੀ ਹੈ ਤੇ ਕਰੋ ਉਹਨੂੰ ਤੁਰੰਤ ਅਰੈਸਟ ਕਰ ਲਿਆ ਗਿਆ ਉਸ ਤੋਂ ਬਾਅਦ ਬਰਾੜ ਸਾਹਿਬ 26 ਵਾਲਾ ਕੇਸ ਉਸ ਤੋਂ ਬਾਅਦ 28 ਸਤੰਬਰ ਨੂੰ ਸਾਊਥ-ਵੈਸਟ ਏਰੀਏ ਤੋਂ ਇੱਕ ਹੋਰ ਪੇਰੈਂਟਸ ਨੇ ਆਪਣੇ ਬੱਚੇ ਨੂੰ ਪੁਲਿਸ ਦੇ ਹਵਾਲੇ ਕੀਤਾ ਫਿਰ 29 ਸਤੰਬਰ ਨੂੰ ਵੀ ਇਸ ਤਰੀਕੇ ਨਾਲ ਹੋਇਆ ਕਿ ਤਿੰਨ ਬੱਚੇ ਪਹਿਲਾਂ ਪਛਾਣੇ ਗਏ ਫਿਰ ਪੁਲਿਸ ਨੇ ਜਿਹੜੀ ਨਾ ਤਿੰਨਾਂ ਬੱਚਿਆਂ ਦੇ ਨਾਲ ਇੰਟਰਵਿਊ ਕੀਤੀ ਇਨਵੈਸਟੀਗੇਸ਼ਨ ਕੀਤੀ ਉਸ ਤੋਂ ਪਤਾ ਲੱਗਿਆ ਕਿ ਬਾਕੀ ਹੋਰ ਵੀ ਬੱਚੇ ਜਿਹੜੇ ਹੈਗੇ ਆ ਸ਼ਾਮਲ ਹੈਗੇ ਆ ਜੁਵਨਾਈਲ ਬਹੁਤੇ ਨੇ ਹੁਣ ਪੁਲਿਸ ਬਰਾੜ ਸਭ ਇਹ ਫੂਟੇਜ ਹੈ ਜਿਹੜੀ ਇਹ ਸਕੂਲ ਦੇ ਅਫੀਸ਼ੀਅਲਸ ਦੇ ਨਾਲ ਸ਼ੇਅਰ ਕਰ ਰਹੀ ਹੈ ਸਕੂਲਾਂ ਤੋਂ ਹੈਲਪ ਲੈ ਕੇ ਜਿਹੜੇ ਬਾਕੀ ਦਾ ਬੱਚਾ ਗੈਂਗ ਉਹ ਫੜਿਆ ਜਾਊਗਾ ਜੀ ਬਿਲਕੁਲ ਜੀ ਇਹ ਤਾਂ ਚਲੋ ਜਿਵੇਂ ਜਵਾਕ ਸੀਗੇ ਫੜਾਉਣੇ ਚਾਹੀਦੇ ਜੇਕਰ ਗਲਤ ਕਰਦੇ ਆ ਇੰਨੇ ਜਵਾਕਾਂ ਨੇ ਜਿਹੜਾ ਗਰੁੱਪ ਬਣਾਇਆ ਜੀ ਕਿਤੇ ਨਾ ਕਿਤੇ ਤਾਂ ਇਕੱਠੇ ਸਕੂਲ ਚ ਪੜਦੇ ਹੋਣੇ ਆ ਜਾਂ ਇਹਨਾਂ ਦੀ ਜੁਆਇੰਟ ਯੂਨੀਅਨ ਬਣੀ ਹੋਣੀ ਆ ਕਿਤੇ ਗਰੁੱਪ ਚ ਬਣੀ ਹੋਣੀ ਆ WhatsApp ਤੇ ਬਣੀ ਹੋਣੀ ਆ Instagram ਤੇ ਬਣੀ ਹੋਣੀ ਆ ਐਵੇਂ ਤਾਂ ਇਹਨੇ ਬੰਦੇ ਇਕੱਠੇ ਨਹੀਂ ਹੋ ਸਕਦੇ ਜੀ ਤੇ ਇੱਕੋ ਜਿਹੇ ਸੋਚਦੇ ਨਹੀਂ ਹੋ ਸਕਦੇ ਤੇ ਇਹ ਕਾਰਨਾਮੇ ਜਿਹੜੇ ਕਰਦੇ ਆਪਦੇ ਆਪ 'ਚ ਬੜੇ ਸ਼ਾਵਾਸ਼ੇ ਕਰਦੇ ਹੋਣੇ ਅਸੀਂ ਆਹ ਕਰ ਲਿਆ ਜੇ ਇਹ ਕਰ ਲਿਆ ਤੇ ਹੁਣ ਇਹਨਾਂ ਨੂੰ ਸਜ਼ਾ ਦੇ ਵੀ ਇਹੋ ਜਿਹੇ ਹਿਸਾਬ ਨਾਲ ਦੇਣੀ ਚਾਹੀਦੀ ਤਾਂ ਕਿ ਹੋਰ ਕੋਈ ਬੱਚਾ ਵੀ ਨਾ ਸੋਚੇ ਜੀ ਬਿਲਕੁਲ ਬੱਟਾ ਸਾਹਿਬ ਇਹ ਮੋਸਟ ਪ੍ਰੋਬਬਲੀ ਇਹ ਹੋ ਸਕਦਾ ਕਿ ਨੇੜੇ-ਤੇੜੇ ਦੇ ਸਕੂਲਾਂ ਦੇ ਹੋਣ ਕਿਸੇ ਇੱਕ ਪਲੇਗਰਾਉਂਡ ਦੇ ਵਿੱਚ ਇਕੱਠੇ ਖੇਡਦੇ ਹੋਣ ਕਿਸੇ ਇੱਕ ਗੇਮ ਦੇ ਪਲੇਅਰ ਹੋ ਸਕਦੇ ਆ ਬਾਕੀ ਜਿਹੜੀ ਗੱਲ ਤੁਸੀਂ ਕਹੀ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਵੀ ਗਰੁੱਪ ਇਹਨਾਂ ਦਾ 100% ਹੋਊਗਾ ਕਿੰਨੇ ਵਜੇ ਜਾਣਾ ਹੈ ਕਿਹੜੇ ਸਟੋਰ ਤੇ ਅੱਜ ਹਮਲਾ ਕਰਨਾ ਪ੍ਰੋਪਰ ਯੂਨੀਅਨ ਹੋਊਗੀ ਗੱਲਬਾਤ ਵੀ ਹੁੰਦੀ ਹੋਊਗੀ ਕੋਈ ਗਰੁੱਪ ਨੂੰ ਲੀਡ ਵੀ ਕਰਦਾ ਹੋ ਸਕਦਾ ਇਹ ਵੀ ਪੋਸੀਬਲ ਹੈ ਕਿ ਕੋਈ ਵੱਡਾ ਮਗਰਮੱਛ ਵੀ ਇਹਨਾਂ ਦੇ ਪਿੱਛੇ ਸ਼ਾਮਲ ਹੋਵੇ ਕਿਉਂਕਿ ਜਿਹੜੀਆਂ ਲੁੱਟਾਂ ਖੁੱਟਾਂ ਚੋਰੀਆਂ ਕਰਕੇ ਲਿਆਉਂਦੇ ਆ ਉਹ ਘਰੇ ਨਹੀਂ ਸੀ ਲੈ ਕੇ ਜਾਂਦੇ ਘਰੇ ਲੈ ਕੇ ਜਾਂਦੇ ਹੁੰਦੇ ਤਾਂ ਪੇਰੈਂਟਸ ਨੂੰ ਉਦੋਂ ਹੀ ਪਤਾ ਲੱਗ ਜਾਣਾ ਕਿਤੇ ਖੁਰਦ-ਬੁਰਦ ਕਰਦੇ ਹੋਣਗੇ ਮਤਲਬ ਕੋਈ ਹੋਰ ਵੀ ਜਿਹੜੇ ਵੱਡੇ ਮਗਰਮੱਛ ਉਹ ਵੀ ਨਿਕਲ ਸਕਦੇ ਆ